ਜਿੱ ਤਰਸੀਮ ਦੀ ਕੋਈ ਐਸੀ ਆਦਤ ਰਹੀ ਹੈ ਜਿਹੜੀ ਬਹੁਤ ਕਦੀ ਰੇਰ ਹੀ ਛੁੱਟੀ ਹੈ ਉਸ ਤੋਂ ਪਰ ਉਹਦੇ ਵਿੱਚ ਟੋਕੜ ਕਾ ਹੀ ਬਹੁਤ ਉਹ ਕਿڑی ਹੋਈ ਹੈ ਤੁਸੀਂ ਮੈਨੂੰ ਕਹਿਤਾ ਮੈਂ ਤੁਹਾਨੂੰ ਇੱਕ ਵਾਰ ਆਨਸਰ ਦੇ ਦਾਂ ਉਹਨਾਂ ਕਹਿੰਦਾ ਤੂੰ ਕਹਿ ਦਿੰਨਾ ਕਰਦਾ ਤੂੰ ਹੈ ਨਹੀਂਗਾ ਹਮੇਸ਼ਾ ਆਪਣੀ ਜਿਹੜੀ ਮੈਂ ਮੈਂ ਤੂੰ ਤੂੰ ਹੋਊਗੀ ਨਾ ਉਹ ਇੰਨੀ ਕਿ ਨਿੱਕੀਆਂ ਗੱਲਾਂ ਤੇ ਹੋਊਗੀ ਇਹ ਫਿਲਮ ਦਾ ਜਦੋਂ ਆਪਾਂ ਟ੍ਰੇਲਰ ਦੇਖੇ ਨਾ ਇਹਦੇ ਚ ਇੱਕ ਥੋੜਾ ਬੜਾ ਅਹਿਮ ਬਹੁਤ ਵਧੀਆ ਡਾਇਲੋਗ ਆਂਦਾ ਜਿੱਦੇ ਤੁਸੀਂ ਕਹਿੰਦੇ ਮੈਨੂੰ ਰਿਟਰਨ ਚ ਰਿਪੋਰਟ ਚਾਹੀਦੀ ਹੈ ਕਿ ਮੇਰੇ ਟੇਬਲ ਤੇ ਪੂਜੀਆ ਰੱਖਿਆ ਕਿਨੇ ਦੇਖੋ ਇਹ ਤਾਂ ਆਪਾਂ ਰਕਲੀ ਫਿਲਮ ਦੀ ਗੱਲ ਹਮ ਅਸਲ ਚ ਇਹ ਟੋਕਾ ਟਕਾਈ ਘਰ ਚ ਬਹੁਤ ਹੁੰਦੀ ਹੈ ਮੰਮੀ ਵੱਲੋਂ ਜਾਂ ਡੈਡੀ ਦੇ ਵੱਲੋਂ ਜਿਵੇਂ ਇਹ ਪੁੱਛਿਆ ਤਰਸੀਮ ਨੂੰ ਤੁਸੀਂ ਕਿਹੜੀ ਗੱਲ ਪਿੱਛੇ ਘਰ ਚ ਟੋਕਾ ਟਕਾਈ ਤਾਂ ਮਤਲਬ ਤਰੀ ਹੀ ਰਹਿੰਦੀ ਸੀ ਤਰਸੀਮ ਦੀ ਮੇਰੇ ਮਤਲਬ ਜਿਵੇਂ ਜਿਹੜੀਆਂ ਇਹ ਜਿਹੜਾ ਇੱਕ ਜਗਤੇਸ਼ਵਰ ਦਾ ਕੈਰੇਕਟਰ ਆ ਜਿਵੇਂ ਮੈਂ ਕਹਾ ਤਾ ਸਾਡੇ ਫਾਦਰ ਸਾਹਿਬ ਦੇ ਵੀ ਨੇੜੇ ਆ। ਅੱਛਾ। ਮਤਲਬ ਫਾਦਰ ਸਾਹਿਬ ਦੇ ਨੇੜੇ ਇਹ ਆ ਵੀ ਉਹਨਾਂ ਨੂੰ ਸਫਾਈ ਦਾ ਜਾਂ ਉਹ ਚੀਜ਼ਾਂ ਦਾ ਨਹੀਂ ਪਰ ਉਹਨਾਂ ਨੂੰ ਪੰਕਚੁਐਲਟੀ ਦਾ ਹੂੰ ਜਿਵੇਂ ਕੋਈ ਵੀ ਕੰਮ ਕਹਤਾ ਉਹ ਜਿਵੇਂ ਜੇ ਰੂਮ ਚੋਂ ਬਾਹਰ ਜਾ ਰਹੇ ਤਾਂ ਸੁਚੇਤ ਬੰਦ ਚਾਹੀਦੀਆਂ। ਹਾਂ। ਬਿਨਾਂ ਗੱਲ ਤੋਂ ਬਿਜਲੀ ਦਾ ਪੱਖਾ ਜਾਂ ਲਾਈਟ ਚੱਲਦੀ ਨਹੀਂ ਹੋਣੀ ਚਾਹੀਦੀ। ਅੱਛਾ। ਠੀਕ ਹੈ ਇਹ ਚੀਜ਼ਾਂ ਵੀ ਜਿੱਥੇ ਡੋਰ ਜਦੋਂ ਤੁਸੀਂ ਆਏ ਹੋ ਤਾਂ ਡੋਰ ਬੰਦ ਹੋਣਾ ਚਾਹੀਦਾ ਬਿਨਾਂ ਗੱਲੋਂ ਕਈ ਵਾਰ ਅੱਧਾ ਖੁੱਲਾ ਛੱਡ ਕੇ ਆ ਜਾਂਦੇ ਆਪਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਉਹਨਾਂ ਦੀ ਲਾਈਫ ਵਿੱਚ ਵੀ ਹੈਗੀਆਂ ਨੇ ਅੱਛਾ ਤਾਂ ਟੋਕਾ ਟਕਾਈ ਵੀ ਫਿਰ ਜਦੋਂ ਇਦਾਂ ਦਾ ਬੰਦਾ ਹੋਵੇ ਹਨਾ ਜਿਹੜਾ ਜਿਹਨੂੰ ਹਰ ਇੱਕ ਚੀਜ਼ ਉਹਨਾਂ ਨੂੰ ਵੀ ਸਾਫ਼ ਸੁਥਰੀ ਤੇ ਇਦਾਂ ਹੀ ਚਾਹੀਦੀ ਹੋਵੇ ਗਾਣੇ ਤੇ ਚਾਹੀਦੀ ਠੀਕ ਹੈ ਤਾਂ ਉਹ ਫਿਰ ਟੋਕਾ ਟਕਾਈ ਤਾਂ ਆਪਾਂ ਨੂੰ ਹੋਣੀ ਉਹ ਤੇ ਮੰਮੀਆਂ ਹੀ ਤਾਂ ਵੈਸੇ ਹੀ ਆਦਤ ਹੁੰਦੀ ਹੈ ਮੈਂ ਕਹਿੰਦਾ ਕੋਈ ਜਵਾਕ ਨਹੀਂ ਹੈਗਾ ਜਿਹਨੂੰ ਜਿਹਦੇ ਮਦਰ ਸਵੇਰੇ ਸ਼ਾਮ 2-4 ਵਾਰ ਜੇ ਟੋਕਾ ਟਕਾਈ ਨਾ ਕਰ ਨਾ ਪਾਪਾ ਨੂੰ ਵੀ ਸਵਾਦ ਨਹੀਂ ਆਉਂਦਾ ਇਹ ਐਸੀ ਗੱਲ ਘਰੇ ਬੈਠੇ ਆ ਹਨਾ ਉਹ ਤਾਂ ਜ਼ਰੂਰੀ ਆ ਉਹ ਤਾਂ ਬੜੀ ਆ ਕੁਝ ਆਦਤਾਂ ਕੁਝ ਕੁਝ ਆਦਤਾਂ ਐਸੀਆਂ ਹੁੰਦੀਆਂ ਆਪਣੇ ਘਰ 'ਚ ਵੀ ਹੁੰਦੀਆਂ ਜਿਵੇਂ ਬੈਠੇ ਲੱਤ ਹਲਾਈ ਜਾਣੀ ਹੈ ਇਹ ਤੇ ਜੇ ਤਰਸੀਮ ਦੀ ਕੋਈ ਐਸੀ ਆਦਤ ਰਹੀ ਹੈ ਜਿਹੜੀ ਬਹੁਤ ਕਦੀ ਰੇਰ ਹੀ ਛੁੱਟੀ ਹੈ ਉਸ ਤੋਂ ਪਰ ਉਹਦੇ ਵਿੱਚ ਟੋਕੜ ਕਾਈ ਬਹੁਤ ਉਹ ਕਿڑی ਹੋਈ ਹੈ ਮਤਲਬ ਮੇਰੀ ਆਦਤ ਰੇਰ ਹੀ ਛੁੱਟੀ ਹੈ ਮੈਂ ਇਹ ਕਹਿ ਸਕਦਾ ਮੇਤੋਂ ਨਾ ਜ਼ਿਆਦਾ ਟਾਈਮ ਇੱਕ ਗੱਲ ਤੇ ਬਾਰ ਬਾਰ ਗੱਲ ਨਹੀਂ ਹੁੰਦੀ ਅੱਛਾ ਜਿਹੜੀ ਆਦਤ ਮੇਤੋਂ ਛੁੱਟ ਨਹੀਂ ਪਾ ਰਹੀ ਹੈ ਨਾ ਜੇ ਤੁਸੀਂ ਮੈਨੂੰ ਇੱਕ ਗੱਲ ਨੂੰ ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ ਤੁਸੀਂ ਮੈਨੂੰ ਕਹਤਾ ਮੈਂ ਤੁਹਾਨੂੰ ਇੱਕ ਵਾਰ ਆਨਸਰ ਦੇਤਾ ਫਿਰ ਕਹਤਾ ਫਿਰ ਸਪੈਸ਼ਲੀ ਘਰੇ ਜਦੋਂ ਆਪਾਂ ਘਰੇ ਹੁੰਨੇ ਆ ਕਿਉਂਕਿ ਘਰ ਤੋਂ ਵੱਧ ਕੰਫਰਟੇਬਲ ਆਪਾਂ ਕਿਤੇ ਨਹੀਂ ਹੁੰਦੇ ਠੀਕ ਕਹਿ ਰਹੇ ਹੋ ਤੇ ਜਦੋਂ ਕਿਤੇ ਉਹ ਇੱਕ ਦੋ ਵਾਰ ਜਿਵੇਂ ਆਪਾਂ ਕਹਿ ਦਈਏ ਸਪੋਜ਼ ਕਰੋ ਮੰਮਾ ਨੇ ਗੱਲ ਕਹੀ ਵੀ ਤੂੰ ਆਹਾ ਐਦਾਂ ਨਹੀਂ ਕੀਤਾ ਅੱਜ ਹਨਾ ਵੀ ਕੱਲ ਨੂੰ ਆ ਕਰਕੇ ਜਾਣਾ ਜਾਂ ਮਤਲਬ ਆ ਕੰਮ ਕੱਲ ਨੂੰ ਸਵੇਰੇ ਕਰਨਾ ਮੈਂ ਕਹਿੰਦਾ ਹਾਂਜੀ ਮੈਂ ਠੀਕ ਆ ਮੈਂ ਕਰ ਦੂੰਗਾ ਉਹਨੇ ਕਹਿੰਦਾ ਤੂੰ ਕਹਿ ਦਿੰਨਾ ਕਰਦਾ ਤੂੰ ਹੈ ਨਹੀਂਗਾ ਠੀਕ ਆ ਫਿਰ ਮੈਂ ਕਹਿੰਦਾ ਹਾਂਜੀ ਕੋ ਹਣ ਕੱਲ ਤਾਂ ਲੈਣ ਦੋ ਆ ਸਹੀ ਹੈ ਹੈਨਾ ਇਹ ਮਤਲਬ ਮੈਂ ਕਹਿੰਨਾ ਇਹ ਬੇਸਿਕ ਸਾਰੀਆਂ ਮੰਮੀਆਂ ਦਾ ਇਦਾਂ ਹੀ ਹੁੰਦਾ ਸਹੀ ਗੱਲ ਠੀਕ ਹੈ ਸਾਰਿਆਂ ਨੇ ਇਹੀ ਹੁੰਦਾ ਤੇ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਆਪਾਂ ਇਹ ਚੀਜ਼ਾਂ ਤੇ ਲੈ ਕੇ ਕਰਦਿਆਂ ਨਾ ਹਮੇਸ਼ਾ ਆਪਣੀ ਜਿਹੜੀ ਮੈਂ ਮਤੂ ਤੂ ਤੂ ਹੋਊਗੀ ਨਾ ਉਹ ਇੰਨੀ ਕਿ ਨਿੱਕੀਆਂ ਗੱਲਾਂ ਤੇ ਹੋਊਗੀ ਵੀ ਬਾਅਦ ਚ ਆਪਣੇ ਆਪ ਨੂੰ ਵੀ ਹਾਸਾ ਆਉਂਦਾ ਹੁੰਦਾ ਹੈਨਾ ਵੀ ਯਾਰ ਪਰ ਇਹੀ ਰਿਸ਼ਤੇ ਨੇ ਇਹ ਰਿਸ਼ਤੇ ਇਹੀ ਪਿਆਰ ਹੈ ਇਹੀ ਪਿਆਰ ਹੈ ਹਾਂ ਸਹੀ ਗੱਲ ਤਰਸੀਮ بھائی ਜਦੋਂ ਤੋਂ ਤੁਹਾਡਾ 뮤지컬 ਸਫਰ ਸ਼ੁਰੂ ਹੋਇਆ ਜਦੋਂ ਤਰਸੀਮ ਜਸੜ ਇਹ ਸੋਚਦਾ ਸੀ ਮੇਰੀ ਜ਼ਿੰਦਗੀ ਚ ਇਹ ਦਿਨ ਆਉਣ ਤੇ ਰੱਬ ਨੇ ਉਹ ਦਿਨ ਲਿਆਏ ਇੱਕ ਇੱਕ ਦਰਦ ਦਰ ਸਾਲ ਜਿਵੇਂ ਗੁਜ਼ਰਦਾ ਗਿਆ ਜੀ ਆਬਵੀਅਸਲੀ ਗੱਲ ਹੈ ਫਿਲਮਾਂ ਨਾਲ ਗਾਣਿਆਂ ਨਾਲ ਤੁਹਾਡੇ ਨਾਲ ਲੋਕ ਜੁੜਦੇਗੇ ਜਿਨ੍ਹਾਂ ਨੂੰ ਆਪਾਂ ਫੈਨ ਵਰਡ ਦੇ ਦਿੰਨੇ ਆ ਤੁਹਾਡੇ ਨਾਲ ਪਿਆਰ ਕਰਨ ਵਾਲੇ ਜੁੜਦੇ ਰਹੇ ਪਰ ਕੁਝ ਫੈਨ ਐਸੇ ਹੁੰਦੇ ਆ ਤਰਸੇਮ ਵੀਰੇ ਜਿਨ੍ਹਾਂ ਦੀ دیਵਾਨਗੀ ਤੁਹਾਡੇ ਮਨ 'ਚ ਥਾਂ ਬਣਾ ਲੈਂਦੀ ਐ ਯਾਰ ਕਿਸੇ ਦੇ ਮਨ 'ਚ ਐਨਾ ਪਿਆਰ ਹੋ ਸਕਦਾ ਨਾ ਮੈਂ ਦਾ ਰਿਸ਼ਤੇਦਾਰ ਨਾ ਮੈਂ ਇਹਦੇ ਘਰ ਦਾ ਮੈਂਬਰ ਫਿਰ ਫਿਰ ਵੀ ਪਿਆਰ ਉਹਨਾਂ ਨਾਲੋਂ ਵੱਧ ਤੇ ਜੇ ਮੈਂ ਹੁਣ ਤੱਕ ਮੈਂ ਕੋਈ ਐਸੇ ਬੈਸਟ ਫੈਨ ਦੀ ਗੱਲ ਪੁੱਛਾਂ ਤੇ ਕੀ ਦਾ ਪਿਆਰ ਤੁਹਾਡੇ ਮਨ 'ਚ ਸੇਵ ਐ ਕੀ دیਵਾਨਗੀ ਐ ਉਹ ਮਤਲਬ ਇੱਕ ਨਹੀਂ ਮੈਂ ਸੱਚੀ ਕਹੂੰਗਾ ਮੈਂ ਤਾਂ ਜਦੋਂ ਆਪਸ ਵਿੱਚ ਵੀ ਗੱਲ ਕਰਦੇ ਆ ਜਾਂ ਚਾਹੇ ਕਿਸੇ ਇੰਟਰਵਿਊ 'ਚ ਮੈਂ ਸੱਚੀ ਕਹਿੰਦਾ ਮੈਂ ਬਹੁਤ ਬlesd ਆ ਹੂੰ ਵੀ ਜਿਹੜੇ ਪਿਆਰ ਕਰਦੇ ਹਨ ਬਹੁਤ ਦਿਲੋਂ ਕਰਦੇ ਆ ਆਪਣਾ ਮਤਲਬ ਭਰਾ ਸਮਝ ਕੇ ਤੇ ਜਿਹੜੀਆਂ ਮਾਵਾਂ ਕਰਦੀਆਂ ਆਪਣਾ ਬੱਚਾ ਸਮਝ ਕੇ ਤਾਂ ਮੈਨੂੰ ਵਿਆਹ ਦੇ ਵਿੱਚ ਕਈ ਵਾਰ ਜਦੋਂ ਬੀਬੀਆਂ ਮਿਲਦੀਆਂ ਸਾਡੀਆਂ ਬਜ਼ੁਰਗ ਹਾਂ ਜਿਵੇਂ ਸਾਡੀਆਂ ਦਾਦੀਆਂ ਕਹਿ ਲੋ ਸਾਡੀਆਂ ਮਾਵਾਂ ਕਹਿ ਲੋ ਉਹ ਜੱਫੀ ਪਾ ਕੇ ਇਹ ਜਿਹੀਆਂ ਗੱਲਾਂ ਕਹਿੰਦੀਆਂ ਇਦਾਂ ਦੀਆਂ ਅਸੀਸਾਂ ਦਿੰਦੀਆਂ ਫਿਰ ਇਹ ਲੱਗਦਾ ਵੀ ਯਾਰ ਵੀ ਇਹ ਵੀ ਇੰਨਾ ਪਸੰਦ ਕਰ ਸਕਦੇ ਨੇ ਕਈ ਕਹਿੰਦੇ ਨੇ ਸਾਡੇ ਚੋਂ ਵੀ ਸਾਨੂੰ ਤੇਰੇ ਚੋਂ ਆਪਣਾ ਮੁੰਡਾ ਦੇਖਦਾ ਹਨਾ ਤੇ ਮਤਲਬ ਇਹ ਤੋਂ ਬੜਾ ਕੀ ਹੋਊਗਾ ਆਪਣੇ ਪੁੱਤੋਂ ਵੱਡਾ ਕੀ ਹੁੰਦਾ ਹਨਾ ਤੇ ਜੇ ਮੈਂ ਫਿਰ ਸਾਡੇ ਯੰਗਸਟਰਸ ਦੀ ਗੱਲ ਕਰਾਂ ਤਾਂ ਜੇ ਫਿਰ ਇਦਾਂ ਲੱਗਦਾ ਵੀ ਜਿਹੜੇ ਮੁੰਡੇ ਆ ਇੰਨਾ ਪਸੰਦ ਕਰਦੇ ਆ ਡਿੱਟੋ ਕੱਪੜੇ ਪਾ ਲੈਂਦੇ ਡਿੱਟੋ ਪੱਗ ਸਾਰਾ ਕੁਝ ਉਦਾਂ ਹੀ ਹਨਾ ਜਿਹੜੇ ਉਹ ਮਿਲਦੇ ਆ ਕਈ ਵਾਰ ਜੱਫੀ ਪਾਈ ਤੇ ਉਹਨਾਂ ਦੀ ਉਹ ਵਾਈਬ੍ਰੇਸ਼ਨ ਫੀਲ ਹੁੰਦੀ ਆ ਹਾਂ ਉਹ ਕਹਿੰਦੇ ਵੀ ਕੁਛ ਨਹੀਂ ਹਾਂ ਕਿਉਂਕਿ ਜਿਹੜਾ ਬੰਦਾ ਇਮੋਸ਼ਨਲ ਹੋ ਗਿਆ ਉਹਦੇ ਕੋਲ ਵਰਡ ਨਹੀਂ ਹੁੰਦੀ ਉਹਨੂੰ ਜੱਫੀ ਹੁੰਦੀ ਸਹੀ ਗੱਲ ਕਰ ਰਹੇ ਹੋ ਬੱਕੜੀਓ ਹੁੰਦੀ ਤੇ ਉਹ ਪਾ ਕੇ ਜਿਹੜੀ ਉਹਨਾਂ ਦੀ ਵਾਈਬ੍ਰੇਸ਼ਨ ਫੀਲ ਹੁੰਦੀ ਤਾਂ ਬੜਾ ਸ਼ੁਕਰ ਕਰੀਦਾ ਵੀ ਇਹ ਦੇਖੋ ਵੀ ਮੈਂ ਇਨਾਂ ਲਈ ਮੈਂ ਕੀ ਕਰ ਸਕਦਾ ਹਾਂ ਹੈਨਾ ਮੈਂ ਇਨਾਂ ਲਈ ਕੁਝ ਨਹੀਂ ਕਰ ਸਕਦਾ ਮੈਂ ਇਨਾਂ ਲਈ ਕੁਝ ਕੀਤਾ ਨਹੀਂ ਹੈਨਾ ਜੋ ਮੇਰੀ ਪ੍ਰਮਾਤਮਾ ਨੇ ਰਿਸਪੌਂਸਿਬਿਲਟੀ ਮੈਨੂੰ ਦਿੱਤੀ ਉਹ ਮੇਤੋਂ ਨਿਭਾ ਰਿਹਾ ਵੀ ਉਹਦੇ ਕਰਕੇ ਮੈਨੂੰ ਕਿੰਨਾ ਪਿਆਰ ਕਰਦੇ ਮਤਲਬ ਉਹਨਾਂ ਨੂੰ ਕੋਈ ਸ਼ਰਤ ਨਹੀਂ ਕੋਈ ਕੰਡੀਸ਼ਨ ਨਹੀਂ ਹੈਨਾ ਵੀ ਸੱਚੀ ਬਹੁਤ ਬਲੈਸਡਾਂ ਤੇ ਬਹੁਤ ਐਦਾਂ ਦੇ ਇਨਸੀਡੈਂਟ ਆ ਬਹੁਤ ਜ਼ਿਆਦੇ ਆ ਜਿਹੜੇ ਮਤਲਬ ਮੈਨੂੰ ਯਾਦ ਨੇ ਵੀ ਫੀਲ ਹੁੰਦੇ ਆ ਮੈਨੂੰ ਹੁਣ ਵੀ ਮੈਂ ਉਹ ਫੀਲ ਕਰ ਸਕਦਾ ਉਹ ਚੀਜ਼ਾਂ ਤੇ ਉਹ ਇੱਕ ਬੰਦਾ ਨਹੀਂ ਹੈਗਾ ਉਹ ਮੈਂ ਕਹਿੰਦਾ ਸੌਆਂ ਨੇ ਜਿਹੜੇ ਮੈਨੂੰ ਹਰੇਕ ਦੇਸ਼ 'ਚ ਹਰੇਕ ਸਿਟੀ 'ਚ ਮੈਨੂੰ ਉਦਾਂ ਦੇ ਮਿਲਦੇ ਆ ਤੇ ਮਿਲਣਸਾਰ ਪਤਾ ਲੱਗ ਜਾਂਦਾ ਵੀ ਯਾਰ ਇਹ ਬੰਦਾ ਸੱਚੀ ਤੁਹਾਡਾ ਦਿਲੋਂ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਉਹੀ ਰਿਸਪੌਂਸਿਬਿਲਟੀ ਹੁੰਦੀ ਹੁਣ ਜੇ ਆਪਾਂ ਫਿਲਮਾਂ ਦੀ ਗੱਲ ਕਰੀਏ ਜਾਂ ਗੀਤਾਂ ਦੀ ਗੱਲ ਕਰੀਏ ਤਾਂ ਉਹ ਰਿਸਪੌਂਸਿਬਿਲਟੀ 올 ਦਾ ਟਾਈਮ ਮਰੇ ਦਿਮਾਗ ਚ ਹੁੰਦੀ ਵੀ ਕੱਲ ਨੂੰ ਉਹ ਬੰਦਿਆਂ ਨੂੰ ਇਹ ਕਹਿ ਕੇ ਮਹਿਣਾ ਨਾ ਵੱਜੇ ਵੀ ਤੂੰ ਬੜਾ ਤਰਸੇਮ ਜਸੜ ਤਰਸੇਮ ਜਸੜ ਕਰਦਾ ਸੀ ਆ ਦੇਖ ਲੈ ਤੁਹਾਡੇ ਵਾਲੇ ਨੇ ਕੀ ਕਰਤਾ ਇਹ ਰਿਸਪੌਂਸਿਬਿਲਟੀ ਵੀ ਨਾਲ ਸਹੀ ਗੱਲ ਕਰ ਰਹੇ ਕੱਲ ਨੂੰ ਉਹਨਾਂ ਦੀ ਪਿੱਠ ਨਹੀਂ ਲੱਗਣੀ ਚਾਹੀਦੀ ਕੰਮ ਚਾਹੇ ਘੱਟ ਕਰੀਏ ਪਰ ਜੋ ਉਹਨਾਂ ਨੇ ਕੁਆਲਿਟੀ ਸੋਚੀ ਆ ਵੀ ਇਹਦੇ ਕੋਲੋਂ ਡਿਲੀਵਰ ਹੋਊਗੀ ਤਾਂ ਉਹ ਕੁਆਲਿਟੀ ਡਿਲੀਵਰ ਕਰਨ ਦੇ ਉੱਤੇ ਸਹੀ ਟਾਈਮ ਸਾਨੂੰ ਲੱਗਦਾ ਹੁਣ 5 ਫਿਲਮਾਂ ਕੀਤੀਆਂ ਹੁਣ ਤੱਕ ਮੈਂ 5 ਦੀ ਜਗ੍ਹਾ ਤੇ 10 ਵੀ ਕਰ ਸਕਦਾ ਸੀ ਪਰ ਉਹ 5 ਕਰਨ ਦਾ ਕਾਰਨ ਵੀ ਇਹੀ ਸੀ ਵੀ ਕੁਆਲਿਟੀ ਨਾ ਘਰੇ ਇੱਕ ਇੱਕ ਦੀ ਜ਼ਿੰਮੇਵਾਰੀ ਵੱਡੀ ਹਾਂ ਜ਼ਿੰਮੇਵਾਰੀ ਵੱਜ ਜਾਂਦੀ ਜਿੰਨੇ ਤੁਹਾਨੂੰ ਚਾਹਣ ਵਾਲੇ ਵੱਜ ਜਾਂਦੇ ਤੇ ਦਿਲੋਂ ਚਾਹੁੰਦੇ ਨੇ ਤਾਂ ਉਹਨਾਂ ਨੂੰ ਤੁਹਾਡੇ ਤੇ ਮਾਣ ਵੱਜ ਜਾਂਦਾ ਯੈਸ